ਤੇ ਡੀਸੀ ਦਫ਼ਤਰ ਕਿਵੇਂ ਪਹੁੰਚੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤੀ ਕਿਸਾਨ ਜੀ ਨੇ ਮਾਨਸਾ ਪੰਜਾਬ ਜ਼ਿਲ੍ਹਾ ਆਗੂ ਫਾਜ਼ਿਲਕਾ, ਅੱਜ ਸਾਡੇ ਡੀਸੀ ਦਫ਼ਤਰ ਜੋ ਹੜ੍ਹ ਆਏ ਨੇ ਆਪਣੇ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ, ਜੋ ਜਿੰਨੇ ਵੀ ਕਿਸਾਨ ਦੀਆਂ ਫਸਲਾਂ ਮਰ ਚੁੱਕੀਆਂ ਨੇ, ਉਹ ਜੋ ਨੁਕਸਾਨ ਚੁੱਕਾ ਕਿਸਾਨਾਂ ਦਾ, ਉਹਦੇ ਬਾਰੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਵੀ ਪੰਜਾਬ ਸਰਕਾਰ ਦੇ ਕੰਨ ਵਿੱਚ ਕੋਈ ਸਾਡੀ ਗੱਲ ਪਵੇ ਤੇ ਉਹ ਬਣਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ। ਪੰਜਾਬ ਸਰਕਾਰ ਨੇ ਐਲਾਨ ਤਾਂ ਬਹੁਤ ਕੀਤੇ ਨੇ ਔਰ ਮੁਆਵਜ਼ੇ ਦੀ ਜਿਹੜੀ ਐਲਾਨ ਕੀਤਾ ਹੈ ਬਹੁਤ ਹੀ ਘੱਟ ਆ ਜੇ ਵੇਖਿਆ ਜਾਵੇ ਤਾਂ। ਅਸੀਂ ਆਪਦਾ ਜੋ ਹਿਸਾਬ ਕਿਤਾਬ ਲਾ ਕੇ ਜੋ ਜਾਇਜ਼ ਮੰਗ ਬਣਦੀ ਅਸੀਂ ਆਪਦਾ ਮੰਗ ਪੱਤਰ ਤੇ ਲਿਖਿਆ ਉਹ ਦੇਣ ਵਾਸਤੇ ਆਏ ਵੀ ਜਿੰਨਾ ਮੁਆਵਜ਼ਾ ਬਣਦਾ ਘੱਟੋ ਘੱਟ 50,000 ਰੁਪਏ ਕਿੱਲਾ ਮੁਆਵਜ਼ਾ ਦੇਵੇ ਸਰਕਾਰ, ਫਿਰ ਇਹਦਾ ਥੋੜਾ ਬਹੁਤ ਸਿਲਸਿਲਾ ਕਿਸਾਨ ਦਾ ਚੱਲ ਸਕਦਾ। ਸਰਕਾਰ ਵੱਲੋਂ ਕੁਝ ਵੀ ਹਾਲੇ ਤੱਕ ਦਿੱਤਾ ਨਹੀਂ ਗਿਆ? ਦੇਖੋ ਜੀ, ਸਰਕਾਰ ਥੋੜਾ ਬਹੁਤਾ ਦੇ ਰਹੀ ਆ। ਹੁਣ ਜੇ ਬਾਰਡਰ ਪਾਰ ਦੀ ਗੱਲ ਕਰੀਏ ਤਾਂ 6800 ਰੁਪਇਆ ਉਰਲੇ ਬੰਨੇ, ਫਿਰ ਕੁਛ ਨਹੀਂ ਹੈਗਾ। ਉਹ ਜਿਹੜੀ ਦਰਿਆ ਤੋਂ ਉਰਾਂ ਪੈਂਦੀਆਂ ਨੇ ਤਾਰਾਂ ਤੋਂ, ਹਾਂ ਅੱਗੇ ਵਾਲਿਆਂ ਨੂੰ ਦੇ ਰਹੇ ਨੇ, ਮਗਰ ਵਾਲਿਆਂ ਦਾ ਜੇ ਕੀ ਬਣੇਗਾ ਵੀ ਕਿਹੜੇ ਤਰੀਕੇ ਨਾਲ ਦਿੰਦੇ ਨੇ, ਕਿਸ ਤਰ੍ਹਾਂ ਵੰਡ ਰਹੇ ਨੇ, ਅਜੇ ਕੋਈ ਪਤਾ ਨਹੀਂ, ਕੋਈ ਸੰਭਾਵਨਾ ਨਹੀਂ ਹੈਗੀ ਚੱਕਰ। ਅਜੇ ਤਾਰ ਤੋਂ ਅੱਗੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਵੀ 6800 ਰੁਪਇਆ ਸੁਣ ਚ ਆਇਆ ਵੀ ਦੇ ਰਹੇ ਨੇ। ਉਸ ਅਧੀਨ ਫਿਰ ਅੱਜ ਤੁਸੀਂ ਜਿਹੜਾ ਮੰਗ ਪੱਤਰ ਦੇਣ ਆਏ ਹੋ? ਹਾਂਜੀ, ਅਸੀਂ ਸਾਰੀ ਜਥੇਬੰਦੀ ਨੇ ਮੀਟਿੰਗ ਕੀਤੀ, ਮੀਟਿੰਗ ਵਿੱਚ ਜੋ ਉਹ ਵੰਡ ਰਹੇ ਨੇ ਉਹ ਵੀ ਸਾਨੂੰ ਸੁਣਨ ਨੂੰ ਮਿਲਿਆ, ਜੋ ਮਤਲਬ ਜੇ ਪੈਂਡਿੰਗ ਪਿਆ ਉਹ ਵੀ ਸਾਰਾ ਸਲਾਹ ਮਸ਼ਵਰਾ ਕਰਕੇ ਮੰਗ ਪੱਤਰ ਅਜੇ ਡੀਸੀ ਸਾਹਿਬ ਨੂੰ ਦੇਣ ਵਾਸਤੇ ਆਏ ਹਾਂ। ਔਰ ਵੀ ਜੋ ਬਣਦਾ ਮੁਆਵਜ਼ਾ ਜਿਹੜਾ ਘੱਟੋ ਘੱਟ 50,000 ਰੁਪਏ ਕਿੱਲਾ ਮੁਆਵਜ਼ਾ ਦੇਵੇ, 6800 ਰੁਪਏ ਨਾਲ ਤਾਂ ਕੁਛ ਵੀ ਨਹੀਂ ਕਿਸੇ ਦਾ ਬਣਨਾ ਜੀ। ਵੇਖੋ ਜੀ, ਜਿਹੜੀਆਂ ਨਰਮਾ ਜਿਹੜਾ ਗੁਲਾਬੀ ਸੁੰਡੀ ਨਾਲ ਜੋ ਨੁਕਸਾਨ ਹੋਇਆ ਸੀ ਨਰਮੇ ਵਾਲੇ ਏਰੀਏ ਦਾ, ਬਲਾਕ ਸਾਡੇ ਅਰਨੀ ਵਾਲੇ ਦਾ ਜੀ, ਚੱਕਰ ਉਹਨਾਂ ਨੂੰ 10 ਰੁਪਏ ਫਤਿਹ ਸਰਕਾਰ ਨੇ ਨਹੀਂ ਪਾਏ, ਉਹ ਵੀ ਸਾਡੀ ਮੰਗ ਅਧੂਰੀ ਆ, ਉਹ ਮੰਗ ਵੀ ਰੱਖੀ ਆ। ਔਰ ਆਉਣ ਵਾਲੇ ਸਮੇਂ 'ਚ ਜੋ ਫਸਲਾਂ ਜਿਹਨਾਂ ਕਿਸਾਨਾਂ ਦੀ ਬਚੀਆਂ ਹਨ ਉਹ ਪੱਕਣਗੀਆਂ ਅਤੇ ਬੈਂਕਾਂ ਤੋਂ ਫੋਨ ਆਉਣਗੇ ਕਿਸਾਨਾਂ ਨੂੰ, ਅਸੀਂ ਉਹ ਵੀ ਨਾਲ ਹੀ ਮੰਗ ਪੱਤਰ 'ਚ ਲਿਖ ਕੇ ਦਿੱਤਾ ਹੈ ਕਿ ਉਹ ਸਾਨੂੰ ਕਿਸਾਨਾਂ ਨੂੰ ਬੈਂਕਾਂ ਦੀਆਂ ਲਿਮਟਾਂ ਦੀਆਂ ਜਾਂ ਲੋਨ ਕਰਜ਼ਾ ਕੋਈ ਵੀ ਆ ਵਿਆਜ ਮਾਫ਼ ਕੀਤੀ ਜਾਵੇ। ਔਰ ਜੇਕਰ ਬੈਂਕ ਸਾਨੂੰ ਤੰਗ ਕਰਦੇ ਨੇ ਅਸੀਂ ਬੈਂਕਾਂ ਨੂੰ ਬਿਲਕੁਲ ਵਿਰੋਧ ਕਰਾਂਗੇ ਅਤੇ ਤਾਲੇ ਲਾ ਕੇ ਅੱਗੇ ਦਰੀ ਵਿਛਾ ਕੇ ਬੈਂਕਾਂ ਦੇ ਅੱਗੇ ਬਹਾਂਗੇ। ਕਿਸਾਨ ਤਾਂ ਪਹਿਲਾਂ ਹੀ ਮਰਿਆ ਪਿਆ, ਉਹ ਆਪਾਂ ਨੂੰ ਵਿਆਜਾਂ ਕਿੱਥੋਂ ਭਰਨਗੇ? ਕੋਈ ਵਿਆਜ ਨਹੀਂ, ਕੋਈ ਮੂਲ ਨਹੀਂ ਅਜੇ ਤੱਕ। ਜਿੰਨਾ ਚਿਰ ਫਸਲਾਂ ਨਹੀਂ ਬਹਾਲ ਹੁੰਦੀਆਂ ਉਹਨਾਂ ਚਿਰ ਅਸੀਂ ਲਿਮਟ ਤਾਂ ਨਾ ਘੁੰਮ ਸਕਦੀ, ਨਾ ਵਿਆਜ ਭਰੀ ਸਕਦਾ, ਨਾ ਸਾਰੀ ਕਮਾਈ ਜਾਣੀ ਸਾਡੇ ਕੋਲੋਂ। ਬਿਲਕੁਲ ਇਹ ਝੂਠੀ ਗੱਲ ਹੈ, ਝੂਠਾ ਵਾਅਦਾ ਕਰਦੇ ਨੇ। ਸਰਕਾਰ ਨੋਟੀਫਿਕੇਸ਼ਨ ਦੇਵੇ ਬੈਂਕਾਂ ਨੂੰ ਤੋ ਬੈਂਕ ਕਿਸਾਨ ਨੂੰ ਤੰਗ ਨਾ ਕਰਨ, ਲਿਖਤ ਰੂਪ ਚ ਸਰਕਾਰ ਦੇਵੇ ਬੈਂਕਾਂ ਨੂੰ। ਜੀ ਸਰ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰੀਤਮ ਸਿੰਘ, ਭਾਰਤੀ ਕਿਸਾਨ ਯੂਨੀਅਨ ਮਾਨਸਾ ਪੰਜਾਬ, ਸਮੁੱਚੀ ਜਥੇਬੰਦੀ, ਜੋ ਕਿ ਅੱਜ ਅਸੀਂ ਡੀਸੀ ਦਫ਼ਤਰ ਮੰਗ ਪੱਤਰ ਦੇਣ ਆਏ ਸੀ। ਜੋ ਪਿਛਲੇ ਦਿਨ ਜੋ ਹੜ੍ਹ ਆਇਆ ਸੀ, ਬਹੁਤ ਹੀ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਹੈ, ਇਹ ਜਿਹੜਾ ਅਸੀਂ ਅੱਜ ਮੰਗ ਪੱਤਰ ਡੀਸੀ ਸਾਹਿਬ ਨੂੰ ਸੌਂਪ ਰਹੇ, ਜਿਹੜਾ ਕਿੱਲੇ ਦਾ ਮੁਆਵਜ਼ਾ 50,000 ਰੁਪਈਆ ਦੇਣਾ ਚਾਹੀਦਾ ਸੀ, ਜਿਹੜਾ 6800 ਰੁਪਈਏ ਦੇ ਨਾਲ ਜਿਹੜਾ ਇਹ ਕੋਈ ਹੱਲ ਨਹੀਂ ਹੋਣਾ। ਔਰ ਦੂਜੀ ਬੇਨਤੀ ਹੈ, ਜਿਹੜੇ ਤਾਰਾਂ ਤੋਂ ਜਿਹੜਾ ਪਾਰ ਪਾਸੇ ਜਿਹੜਾ ਮੁਆਵਜ਼ਾ 6800 ਰੁਪਈਆ ਦੇ ਰਹੇ ਨੇ, ਇਸ ਤੋਰਾਂ ਜਿਹੜੇ ਪਟਵਾਰੀ ਨੇ ਇਹ ਕੋਈ ਲੁੱਟ ਸੁੱਟ ਨਾ ਕਰਨ, ਜੋ ਜਿਨ੍ਹਾਂ ਦਾ ਪੂਰਾ ਨੁਕਸਾਨ ਹੋਇਆ ਹੈ, ਜੋ ਮਾਲ ਡੰਗਰ ਦਾ ਨੁਕਸਾਨ ਹੋਇਆ ਜਾਂ ਜਿਹੜੇ ਕਮਰੇ ਮਕਾਨ ਡਿੱਗੇ ਨੇ, ਉਹਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ। ਨਹੀਂ ਸੋਚੀ ਤਾਂ ਤਕਰੀਬਨ ਕਿੰਨਾ ਕੁ ਨੁਕਸਾਨ ਹੋ ਗਿਆ ਹੋਗਾ? ਨੁਕਸਾਨ ਵੇਖੋ ਜੀ, ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ। ਘੱਟੋ ਘੱਟ ਵੀ 5 ਸਾਲ ਦੇ ਜਿਹੜੇ 5 ਸਾਲ ਜਿਹੜੇ ਕਿਸਾਨ ਨੇ ਉਹ ਪਿੱਛੇ ਰਹਿ ਗਏ ਨੇ। ਕੱਲ ਵੀ ਅਸੀਂ ਬਹੁਤ ਜਾ ਕੇ ਇੱਥੇ ਗੇੜਾ ਮਾਰਾ, ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੈ, ਪਾਣੀ ਅਜੇ ਵੀ ਖੜ੍ਹਾ ਹੈ, ਖੱਡੇ ਪੈ ਚੁੱਕੇ ਨੇ, ਜਿਹੜਾ ਰੇਤਾ ਹੈ ਟਿੱਗਾਂ ਦੇ ਡਿੱਗ ਪਏ ਨੇ। ਇਹ ਸਰਕਾਰ ਜਿਹੜਾ 6800 ਰੁਪਏ ਦਾ ਜਿਹੜਾ ਮੁਆਵਜ਼ਾ ਦੇ ਰਹੀ ਹੈ, ਇਹ ਤਾਂ ਆਪਣੇ ਜਿਹੜੇ ਖੇਤ ਜਿਹੜੇ ਉਹ ਨਹੀਂ ਸਾਫ਼ ਹੋਣੇ, ਕਿਧਰੇ ਕੋਈ ਬੰਨਾ ਨਹੀਂ ਰਹਿ ਗਿਆ, ਕੋਈ ਟਿੱਬੇ ਟੋਰੇ ਪੂਰੇ ਤਰ੍ਹਾਂ ਪਏ ਨੇ ਉੱਥੇ। ਤੇ ਹੋਰ ਇਸ ਤੋਂ ਅੱਗੇ ਜਿਹੜਾ ਮੁਆਵਜ਼ਾ ਇਹਨਾਂ ਨੂੰ 50,000 ਤੱਕ ਦਿੱਤਾ ਜਾਣਾ ਚਾਹੀਦਾ। ਨਹੀਂ ਇਹੀ ਮੰਗਾਂ ਰੱਖੀਆਂ ਜੇ ਹੋਰ ਵੀ ਇਸ ਤੋਂ ਇਲਾਵਾ ਤੁਸੀਂ ਮੰਗਾਂ ਰੱਖੀਆਂ ਨੇ? ਇਸ ਤੋਂ ਇਲਾਵਾ ਹੋਰ ਵੀ